अस्सलाम वालेकुम जी, क्या हाल है भाई सबका। वीडियो को लास्ट तक देखना जान। बैठन बूठन की जगह जगह भी दिखाइए ना। हाँ, जगह का सिस्टम आ देखो जी, बात हर चीज उत्ते टंकी पई आ। ते आ जड़ा कमर्शियल एरिया जड़ा सही है। जगह केड़ी आंदी है ते दसो जरा। ख्वाजा टाउन। अच्छा, ये ख्वाजा टाउन सिटी अर्बन इलाका वा। हां सिटी अर्बन, मसने के सैडा तो सारे ऊंची है अपनी छत। हां सारे आ जोड़े वाले केज वीला दा। ते आ पूरा सेटअप आ। ते थानू जनाब दूसरा ना थल्ले जाके रूम वगैरह दिखाने, कमरे शमरे ना दे। ते इधरों थानू थोड़ा दिखा दिए माहौल। सब नालो उची इधरों यही छत आ। साडा नालो कोई साडा ने छत छुत नहीं ना इन उची। हाँ हाँ आओ शाही इधर कमरे दिखाओ। ਤੁਹਾਨੂੰ ਕਮਰੇ ਦਿਖਾਉਂਦੇ ਜਨਾਬ। ਹਾਂ ਹਾਂ ਥੱਲੇ ਚਲੇ ਜਾਣਾ। ਸਾਰਾ ਗਾਰਡਨ ਟਿਆ ਡਬਲ ਟਾਇਲ। ਡਬਲ ਟਾਇਲ ਗਾਰਡਨ ਟੀਏ ਡਬਲ ਟਾਇਲ। ਆ ਵਾਸ਼ਰੂਮ ਹੀ ਆ। ਆ ਵਾਸ਼ਰੂਮ। ਅੱਛਾ ਆ ਵਾਸ਼ਰੂਮ ਆ। ਆ ਗਾਰਡਨ ਟੀਏ ਡਬਲ ਟਾਇਲ। ਡਬਲ ਟਾਇਲ ਹਾਂ, ਅਵਲ ਲੇਟ ਸਾਰੀ ਲੱਗੀ ਹੈ। ਅੱਛਾ ਅੱਛਾ ਅੱਛਾ। ਆ ਦੂਸਰੀ ਹੈ ਨਾ ਮੰਜ਼ਿਲ? ਇਹ ਤੀਸਰੀ ਆ। ਅੱਛਾ ਆ ਜਿੱਥੇ ਆਪਾਂ ਖਲੋਤੇ। ਇਹ ਤੀਸਰੀ ਮੰਜ਼ਿਲ ਆ। ਨਹੀਂ ਕੁਛ ਕਹਿੰਦੀ ਇਧਰ ਸਾਰੀ ਉੱਤੋਂ ਛੱਤੀ ਗਾਰਡਨ ਟੀਏ ਸਾਰਾ ਡਬਲ। ਸੀਨ ਹੀ ਆ ਬਣਾਇਆ ਹਵਾ ਉਹ ਲੱਗਣ ਨੂੰ। ਇੱਕ ਆਹ ਕਮਰਾ ਨਾ ਤੇ ਇੱਕ ਆਹ ਕਮਰਾ ਵਾ। ਉਹ ਕੁਛ ਨੀ ਕਹਿੰਦਾ ਕੀ ਹੋਇਆ। ਅੱਛਾ ਇੱਕ ਆਹ ਕਮਰਾ ਵਾ ਤੇ ਕੋ ਤੇ ਇੱਕ ਆਹ ਕਮਰਾ ਏ। ਅੱਛਾ ਜੀ ਆਹ ਵੀ ਸਿਸਟਮ ਠੀਕ। ਇੱਥੇ ਵੀ ਜਾਲੀ ਲੱਗ ਜਾਵੇ ਤੇ ਇੱਥੇ ਵੀ ਸਿਸਟਮ ਲੱਗ ਜਾਏ। ਆਹ ਵਾ ਜੀ ਇਹਨਾਂ ਦਾ ਮਕਾਨ ਦਾ ਵਿਊ। ਤੇ ਤੁਹਾਨੂੰ ਦੂਸਰਾ ਵੀ ਸੈਟਅਪ ਜਿਹੜਾ ਨੀਚੇ ਵਾਲਾ ਦਿਖਾਉਂਦੇ ਹਾਂ। ਆਹ ਦੂਸਰੀ ਮੰਜ਼ਿਲ ਦੋ ਥੱਲੇ ਆ। ਅੱਛਾ ਆਹ ਚੌਥੀ ਮੰਜ਼ਿਲ ਆ। ਇਹ ਤੀਸਰੀ ਆ ਮਤਲਬ ਟੋਟਲ ਚੌਥੀ ਆ। ਚੌਥੀ ਆ। ਅੱਛਾ ਅੱਛਾ, ਮੈਂ ਤਾਂ ਤੀਸਰੀ ਸਮਝਣ ਨਹੀਂ ਆ ਸੀ। ਇਹ ਤੀਸਰੀ ਆ ਵਾ। ਹਾਂ ਹਾਂ ਹਾਂ। ਆਹ ਦਰਵਾਜ਼ਾ ਵੀ ਬਣਾ ਲਾ ਫਿਲਮ ਦਾ। ਆਹ ਦੇਖ ਦਰਵਾਜ਼ਾ, ਆਹ ਲੌਕ ਵਗੈਰਾ ਸਿਸਟਮ ਪੱਕਾ ਕੰਮ ਕੀਤਾ ਹੋਇਆ ਨਾ। ਉੱਪਰ ਚੜ੍ਹੇ ਬਿੱਲੀ ਬੁੱਲੀ ਦਾ ਕੋਈ ਟੈਨਸ਼ਨ ਆ ਕੰਮ। ਤੇ ਤੁਹਾਨੂੰ ਜ਼ਰਾ ਦੂਸਰੇ ਕਮਰੇ ਵੀ ਦਿਖਾ ਦਿੰਦੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ। ਤੇ ਆਹ ਜਿਹੜਾ ਸੀਨ ਅਸ ਮਸਲ ਇਹ ਵੀ ਕਿਰਾਏ ਦੇ ਚੜ੍ਹੇ ਆ ਜਿਹੜਾ। ਹਾਂ ਹਾਂ ਪੰਤਾਲੀ। ਅੱਛਾ ਅੱਛਾ, 45 ਤੇ ਚੜ੍ਹਿਆ ਸੀਗਾ, ਠੀਕ ਹੋ ਗਿਆ। ਤੇ ਆਹ ਖਿੜਕੀਆਂ ਵਗੈਰਾ ਤੇ ਆਹ ਦੇਖ ਲਓ ਟੀਅਰ ਗਾਰਡ ਗਾਰਡਨ ਵੀ ਨਵੇਂ ਹੀ ਆ ਨਾ। ਆ ਜਾ ਸ਼ਾਹੀ ਨਾਲ। ਆਹ ਜ਼ਰਾ ਥੋੜ੍ਹਾ ਜਿਹਾ ਹਨੇਰਾ, ਉਹ ਲੈਟ ਬਲਬ ਬਲਦੀ ਹੈਗਾ। ਆਹ ਦੇਖੋ ਜੀ ਆਹ ਦੂਸਰੀ ਮੰਜ਼ਿਲ ਆ ਨਾ ਦੂਸਰੀ ਤੇ। ਦੂਸਰੀ ਮੰਜ਼ਿਲ 'ਤੇ ਆ, ਤੁਹਾਨੂੰ ਅੰਦਰ ਦਾ ਥੋੜ੍ਹਾ ਚੈੱਕ ਦਿਖਾਉਂਦੇ ਹਾਂ। ਆਹ ਚੈੱਕ ਕਰ ਲਓ। ਆ ਜੀ ਥੋੜ੍ਹੀ ਇੱਥੇ ਲੈਟ ਨਹੀਂ ਇੰਨੀ ਹੈਗੀ ਕਮਰੇ ਦੇ ਵਿੱਚ, ਅਤੇ ਇਸ ਕਰਕੇ ਨਾ ਮੋਬਾਈਲ ਦੇ ਨਾਲ
ਇਹ ਕਮਰਾ ਕਿਰਾਏ 'ਤੇ ਦਿੱਤਾ ਸੀਗਾ ਅਤੇ ਉਸ ਤੋਂ ਬਾਅਦ 'ਚ ਵੇਚਣ ਲਈ ਖਾਲੀ ਕਿਰਾਏ ਆ, ਵੇਚਣ ਲਈ ਖਾਲੀ ਕਿਰਾਇਆ ਚਾਰ ਖੰਡ ਦਾ ਵਾ ਯਾਰ, ਚਾਰ ਖੰਡ ਤਿੰਨ ਗਾਰਡਨ ਇਤਫਾਕ ਦੇ ਗਾਰਡਨ ਦੀ ਯਾਰ ਪੈਸੇ ਦੇ ਲਾ, ਸਹੀ ਸਹੀ ਅੱਵਲ ਹੇਠ ਸਾਰੇ ਪਲਸਤਰ ਹੋਏ ਆ ਯਾਰ, ਚਲੋ ਆ ਉਹ ਹੈ ਜੀ ਆਹ ਵੀ ਠੀਕ ਆ ਕਮਰਾ ਸਾਫ਼ ਹੀ ਆ, ਆਹ ਕਿਚਨ ਆ ਜਿਹੜਾ ਆਹ ਕਿਚਨ ਆਹ ਕਿਚਨ ਹੈ ਅਤੇ ਆਹ ਟੂਟੀ ਪਾਣੀ ਵਗੈਰਾ। ਅੱਛਾ ਇੱਕ ਕਮਰਾ ਉੱਪਰ ਹੋ ਗਿਆ ਇੱਧਰਲੀ ਸਾਈਡ, ਹਾਂ 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 ਇੱਕ ਆ ਦੂਸਰਾ ਅੱਛਾ ਥੱਲੇ ਵਾਲਾ ਰਹਿਦਾ ਵਾ, ਹਾਂ ਥੱਲੇ ਵਾਲਾ ਰਹਿਦਾ। ਮਸਾਂ ਕਿ ਇੱਥੇ ਕਿੰਨੀਆਂ ਫੈਮਿਲੀਆਂ ਦੀ ਡਿਵਾਈਡ ਹੋ ਸਕਦੀ ਆ, ਦੋ ਫੈਮਿਲੀ ਇੱਥੇ ਰਹਿ ਸਕਦੀਆਂ, ਦੋ ਹੀ ਥੱਲੇ ਰਹਿਣੀਆਂ, ਦੋ ਹੀ ਉੱਤੇ ਆ ਸਕਦੀਆਂ, ਦੋ ਦੋ ਮਸਾਂ ਟੋਟਲ ਕਿੰਨੀਆਂ ਫੈਮਿਲੀਆਂ ਰਹਿ ਸਕਦੀਆਂ ਇੱਥੇ? 6 ਫੈਮਿਲੀਆਂ, 6 ਫੈਮਿਲੀਆਂ ਰਹਿ ਸਕਦੀਆਂ। ਅੱਛਾ ਅੱਛਾ ਦੋ ਦੋ ਹੀ ਰਹਿੰਦੀਆਂ ਰਹੀਆਂ, ਇਹਨਾਂ ਬੱਚੇ ਵੀ ਵਿਆਹੇ ਹੁੰਦੇ ਨੇ। ਹਾਂ ਸਹੀ ਸਹੀ ਟੋਟਲ ਚੌਥੀ ਮੰਜ਼ਿਲ ਆ ਨਾ? ਅੱਛਾ ਆਹ ਸਟੋਰ ਮਸਲਨ ਕਿ ਕਾਹਦਾ? ਮਕਾਨ ਦਾ, ਕਮਰੇ ਦਾ, ਆਹ ਸਟੋਰ ਹੈ ਨਾ ਫਿਰ ਸਮਾਨ ਸਮੂਨ ਰੱਖਣ ਲਈ, ਠੀਕ ਹੋ ਗਿਆ। ਆਹ ਕਿਚਨ ਆ ਜਿਹੜਾ, ਆਹ ਕਿਚਨ ਆ, ਆਹ ਬਾਥ ਆ, ਆਹ ਕਮਰਾ ਇਹ ਵੀ ਬਾਹਰ ਨੂੰ ਨਿਕਲਦਾ। ਅੱਛਾ ਅੱਛਾ ਆਹ ਸੇਨ ਖਾਲੀ ਆ, ਇਹ ਸੇਨ ਸਾਰਾ ਉੱਪਰ ਦਾ ਉੱਪਰਲਾ ਸਿਸਟਮ ਆ। ਅੱਛਾ ਵਾਸ਼ਰੂਮ ਆ, ਆ ਵਾਸ਼ਰੂਮ ਆ, ਬਾਹਰ ਨੂੰ ਜਾਂਦਾ ਇੱਧਰ ਲਈ ਵੀ ਬਾਹਰ ਨੂੰ ਦਰਵਾਜ਼ਾ। ਕਿਚਨ ਹੋ ਗਿਆ, ਐਸਟੋ ਆ ਬੈਠਕ ਹੋ ਗਈ, ਠੀਕ ਹੋ ਗਿਆ। ਅੱਜ ਦੇਖ ਲਾ ਫੁੱਲ ਬੜਾ ਭਾਰਾ ਇਤਫਾਕ ਦਾ ਪਿਆ ਹੈ, ਹਾਂ ਜਿਹੜਾ ਇਤਫਾਕ ਦਾ ਟੀਆਰ ਆ ਬੜਾ ਭਾਰਾ ਪਿਆ। ਅੱਛਾ ਇਹ ਪਹਿਲੀ ਆ ਮੰਜ਼ਿਲ, ਪਹਿਲੀ ਵਾਰ ਇੱਧਰ ਦੀ ਆਈ ਸ਼ਾਇਦ, ਇਧਰ ਆਹੋ ਇੱਧਰ ਨੂੰ ਦੇਖ ਲਾ, ਆ ਮੀਟਰ ਲਗਾ, ਆਹ ਆ ਮੀਟਰ ਵੀ ਲਗਾ। ਅੱਛਾ ਅੱਛਾ ਉਹ ਦੋ ਮੀਟਰ ਇੱਧਰ ਲੈ ਲੈ, ਇੱਧਰ ਨੂੰ ਦਿਖਾਉਂਦੇ ਹਾਂ ਦੇ, ਕਾਲਾ ਬੱਚਾ ਤੋੜ ਲਿਆ ਇਹ ਆਪਣਾ। ਅੱਛਾ ਸ਼ਾਹੀ ਇਹ ਕਿੰਨੀ ਮੰਜ਼ਿਲ ਆ? ਤਿੰਨ ਮੰਜ਼ਿਲ ਦੇ, ਤਿੰਨ ਮੰਜ਼ਿਲ ਛੱਤ ਉੱਪਰ, ਚੌਥੀ ਛੱਤ ਮੰਜ਼ਿਲ ਦੇ ਲਓ ਜਿਹੜਾ, ਉੱਥੇ ਕਬੂਤਰ ਆਉਂਦੇ ਜਾਂਦੇ ਰਹਿੰਦੇ, ਕੋ ਬਾਹਰ ਦਾ ਉੱਪਰ ਆ, ਕਬੂਤਰ ਇੱਥੇ ਬਹੁਤ ਆ ਕੇ ਉੱਪਰੇ ਬੰਦੇ ਆ। ਆ ਤੁਸੀਂ ਹਿਸਾਬ ਲਾ ਲਓ ਚੌਥੀ ਮੰਜ਼ਿਲ ਦੇ ਉੱਪਰ ਸਾਰੇ ਏਰੀਏ ਨਾਲੋਂ ਉੱਚੀ ਹੈਗੀ ਆ ਵਿਊ, ਪੂਰੀ ਛੱਤ ਆ ਕਬੂਤਰ ਬਾਜ਼ੀ, ਪੂਰੀ ਛੱਤ ਬਾਹਰ ਦੇ ਕਬੂਤਰ ਇੱਥੇ 4-5-7 ਸੀਜ਼ਨ 'ਚ 10-10-15-15 ਫੜਦੇ, ਮਤਲਬ ਕਿ ਇਹਨਾਂ ਨੂੰ ਬੰਨਣਾ ਨਹੀਂ ਹੈਗਾ, ਲੇਕਿਨ ਖੁਦ ਹੀ ਆ ਕੇ ਕਬੂਤਰ ਨਾਲ ਬਹਿੰਦਾ। ਆਹ ਚੈੱਕ ਕਰ ਲਓ ਆਹ ਬਾਜ਼ਾਰ ਹੈ, ਅਤੇ ਗੈਸ ਦਾ ਕੀ ਕੰਡੀਸ਼ਨ ਆ? ਗੈਸ ਸਾਰੇ ਪੈ ਪੈਪ ਪੈ ਗਏ ਆ ਹੁਣ, ਕਨੈਕਸ਼ਨ ਹੋਣੇ। ਅੱਛਾ ਕਨੈਕਸ਼ਨ ਹੋਣੇ ਆ,